हिंदू तुर्क कहां दे आए, किन ए राह चलाई, दिल में सोच विचार कवादे, पिस्त दोजक जिन किन पाई। कह रहे हिंदू तुर्क अजे नाम रख लिया सी, उन्होंने कहता हिंदू तुर्क कह लग गए, कितों आए ने? दरगाह चो तो आए नहीं, दरगाह चो तो सारे एक ही आए ने। ਭਾਈ ਹਿੰਦੂ ਤੁਰਕ ਵੀ ਕੋਈ ਦੇਰ ਤੋਂ ਹੀ ਚੱਲੇ ਨੇ, ਉਦੋਂ ਪਹਿਲਾਂ ਤਾਂ ਇਹਨਾਂ ਨੂੰ ਹਿੰਦੂ ਹਿੰਦੂ ਕਹਿੰਦੇ ਤੇ ਨਾ ਤੁਰਕ ਕੋਈ ਕਹਿੰਦਾ ਸੀ। ਅੱਜ ਹਿੰਦੂ ਤੁਰਕ ਕਹਿਣ ਲੱਗ ਗਏ, 4000 ਸਾਲ ਪਹਿਲਾਂ ਨਾ ਤੁਰਕ ਕੋਈ ਜਾਣਦਾ ਤਾਂ ਨਾ ਕੋਈ ਹਿੰਦੂ ਜਾਣਦਾ ਸੀ, ਰਾਹ ਵੀ ਹੋਰ ਸੀ। ਇਹ ਰਾਹ ਕਿਹਨੇ ਚਲਾਏ ਨੇ, ਇਹ ਕਿੱਥੋਂ ਆਏ ਨੇ? ਇੱਕੋ ਥਾਂ ਤੇ ਦੋਏ ਆਏ ਨੇ, ਰਾਹ ਆਪਣੇ ਆਪਣੇ ਚਲਾ ਲਏ, ਰਾਹ ਚਲਾਇਆ ਨਾ ਵਿਦਵਾਨਾਂ ਦੇ ਘੱਟ ਅਕਲ ਵਾਲਿਆਂ ਦੇ, ਕਿਹਨੇ ਇਹ ਰਾਹ ਚਲਾਏ, ਕਿਹਨੇ ਇਹ ਰਾਹ ਚਲਾਈ, ਦਿਲ ਵਿੱਚ ਸੋਚ ਵਿਚਾਰ ਕਵਾਦੇ, ਪਿਸ਼ਤ ਦੋਜਕ ਜਿਨ ਕਿਨ ਪਾਈ। ਹੁਣ ਦਿਲ ਦੇ ਵਿੱਚ ਕਵਾਦੇ ਹੁੰਦੇ ਨੇ, ਕਾਇਦੇ ਕਾਨੂੰਨ ਜਿਹੜੇ ਹੁੰਦੇ ਨੇ, ਕਵਾਇਦ ਜਿਹੜੇ ਇਹਨਾਂ ਨੇ ਦੱਸੇ ਨੇ ਨਾ, ਪਿਸ਼ਤ ਦੋਜਕ ਦੇ ਰਾਹ ਮਿਲਣ ਦੇ, ਉਹ ਦੋਜਕ ਕਹਿੰਦੇ ਨੇ, ਉਹ ਪਿਸ਼ਤ ਕਹਿੰਦੇ ਨੇ। ਅਦੋਚਕ ਸੁਰਗ ਨਰਕ ਕਹਿੰਦੇ ਵਿਚਾਰ ਕੇ ਤਾਂ ਦੇਖ, ਕਿਸੇ ਨੇ ਪਾਈ ਵੀ ਹੈ, ਕੋਈ ਗਿਆ ਵੀ ਹੈ, ਪਿਸ਼ਤ ਦੋਚਕ ਹੈ, ਪਰ ਕਿਹੜਾ ਗਿਆ ਕਿਹੜਾ ਗਿਆ ਇਹ ਨਹੀਂ ਦੱਸਿਆ, ਕੋਈ ਪਹੁੰਚਿਆ ਜਾਂ ਨਹੀਂ ਪਹੁੰਚਿਆ ਇਹ ਕੋਈ ਨਹੀਂ ਪਤਾ ਹੈਗਾ ਦੱਸਿਆ, ਐਂ ਜਾਈਦਾ ਐਂ ਨਹੀਂ ਜਾਈਦਾ ਇਹ ਵੀ ਨਹੀਂ ਦੱਸਿਆ ਹੋਇਆ, ਚਲੇ ਗਏ ਕਿੰਨੇ ਚਲੇ ਗਏ ਕਿੰਨੇ ਨਹੀਂ ਗਏ ਮੁੰਡਿਆ ਇਹ ਵੀ ਨਹੀਂ ਦੱਸਿਆ ਕਿਸੇ ਨੇ, ਮੇਰਾ ਰੌਲਾ ਕਾਹਦਾ ਪਾਇਆ ਹੋਇਆ, ਪਿਸ਼ਤ ਦੋਚਕ ਕਿਹਨੇ ਪਾਈ, ਕਿਸੇ ਨੇ ਪਾਈ ਦੱਸੋ, ਕੀ ਸਬੂਤ ਹੈ ਪਾਈ ਦਾ ਤੁਹਾਡੇ ਕੋਲ? ਫਿਰ ਦੋ ਦੀਆਂ ਕੋਈ ਚੀਜ਼ ਹੈ ਨਹੀਂ, ਫਰਜ਼ੀ ਗੱਲਾਂ ਨੇ ਕਹੀਆਂ ਹੋਈਆਂ, ਫਰਜ਼ੀ ਧਰਮ ਨੇ, ਫਰਜ਼ੀ ਗੱਲਾਂ ਨੇ। ਹਾਂਜੀ, ਕਾਜੀ ਤੈ ਕਬਰ ਕਿਤੇਬ ਬਖਾਨੀ, ਪੜਤ ਗੁਣ ਤਾਂ ਐਸੇ ਸਭ ਮਾਰੇ, ਕਿਨਹੂੰ ਖਬਰ ਨਾ ਜਾਣੀ। ਕਾਜੀ, ਕਾਜੀ ਨਹੀਂ ਹੈ, ਕਾਜੀ ਕਾਜੀ ਕਬਲ ਕਿਤੇਬ ਬਖਾਣੀ, ਕਹਿੰਦੇ ਕਿਹੜੀ ਕਿਤੇਬ ਤੈ ਕਿਤਾਬ ਪੜ੍ਹ ਲਈ, ਤੈ ਕਿਹੜੀ ਕਿਤਾਬ ਦਾ ਤੈ ਸਮਝ ਲਈ, ਵਖਿਆਨ ਕਰਤਾ। ਹਾਜੀ ਤੈ ਕਬਲ ਕਿਤੇਬ ਬਖਾਣੀ, ਕਿਹੜੀ ਕਿਤਾਬਾਂ ਤੂੰ ਲੋਕਾਂ ਨੂੰ ਪੜ੍ਹਾਈ ਜਾਂਦਾ, ਕਿਹੜੀ ਕਿਤੇਬ ਦੀ ਗੱਲ ਕਰਦਾ? ਪੜ੍ਹਤ ਗੁਣ ਤਾਂ ਐਸੇ ਸਭ ਮਾਰੇ, ਕਿਹਨੂੰ ਖਬਰ ਨਾ ਜਾਣੀ। ਜਿਹੜੇ ਪੜ੍ਹਦੇ ਰਹੇ ਔਰ ਤੇਰੀ ਕਿਤਾਬ ਤੇ ਚੱਲੇ ਵੀ ਤੇਰੇ ਅਸੂਲਾਂ ਤੇ, ਵਜਾ ਤਾਂ ਇੱਕ ਵੀ ਨਹੀਂ, ਸਾਰੇ ਮਰ ਗਏ, ਤੂੰ ਆਪ ਮੰਨਦਾ ਮਰ ਗਏ ਕਬਰਾਂ ਦੇ ਉਹਨਾਂ ਦੀਆਂ, ਤੂੰ ਤਾਂ ਮੰਨ ਰਿਹਾ ਵੀ ਕਬਰਾਂ ਦੇ ਉੱਤੇ ਸਾਰਿਆਂ ਦਾ ਹਿਸਾਬ ਅਜੇ ਹੋਊਗਾ, ਪਿਛਲੇ ਚ ਤਾਂ ਕੋਈ ਗਿਆ ਹੀ ਨਹੀਂ ਅਜੇ, ਤੁਹਾਡਾ ਤਾਂ ਹਿਸਾਬ ਆਪੇ ਬੰਨੀ ਜਾਂਦਾ। ਫਿਰ ਬਣਾਈ ਕਾਸ ਨਾ ਪਿਛਲੋਜਕ, ਬੁੱਧੀਵਾਨ ਨਹੀਂ ਸੀ, ਖੁਦਾ ਜੀ ਨੇ ਪਹਿਲਾਂ ਹੀ ਪਿਛਲੋਜਕ ਬਣਾ ਲਈ, ਉੱਥੇ ਬਾਗ ਨੇ ਗਿਆ, ਉੱਥੇ ਕੋਈ ਬੰਦਾ ਹੈ ਨਹੀਂ, ਪਾਣੀ ਦੇਣਾ ਪਊ ਬਾਗਾਂ ਦੀ ਪਰਵਰਿਸ਼ ਕਰਨੀ ਪਊ, ਫਲ ਝੜੀ ਜਾਂਦੇ ਨੇ, ਕੋਈ ਖਾਣ ਵਾਲਾ ਹੈ ਨਹੀਂ, ਉਹ ਖੁਦਾ ਕੋਈ ਤੁਹਾਡਾ ਬਿਰਦ ਬਾਗੇ ਸੀ ਜਿਹਨੇ ਬਣਾ ਲਏ ਪਹਿਲਾਂ ਹੀ, ਮੁੰਡਾ ਜੰਮਿਆ ਨਹੀਂ, ਮਕਾਨ ਪਹਿਲਾਂ ਹੀ ਬਣਾ ਦਿੱਤਾ, ਜੇ ਨਾ ਹੀ ਜੰਮਿਆ ਫਿਰ ਕੀ ਕਰਾਂ, ਉਦੋਂ ਤਾਂ ਕੋਠੀ ਢਹਿ ਜੂ, ਖਰਚਾ ਖੜਾ ਕਰ ਲਿਆ ਤੁਸੀਂ, ਉਹ ਤਾਂ ਪੈਦਾ ਹੀ ਨਹੀਂ ਹੋਇਆ ਜਿਹਦੇ ਖਾਤਰ ਤੁਸੀਂ ਬਣਾਈ ਜਾ ਜੋ, ਸਾਰਾ ਕੁਝ ਤਿਆਰ ਕਰੀ ਬੈਠੋ, ਜੰਮਿਆ ਹੀ ਨਹੀਂ ਉਹ, ਪਿਸ਼ਤ ਦੋ ਜੀ ਕਦ ਹੋਊ ਕਦ ਨਹੀਂ ਹੋਊ, ਰੋਜ਼ੇ ਕਿਆ ਬਤਾਉਣੀ ਹੈ, ਪਹਿਲਾਂ ਹੀ ਪਿਸ਼ਤ ਦੋ ਜੀ ਕਿਉਂ ਬਣਾਈ ਹੈ, ਅਸਲ 'ਚ ਨਕਲ ਬਣਾ ਲਈ, ਉਹ ਸੁਰਗ ਨਰ ਕਹਿੰਦੇ ਨੇ ਪਿਸ਼ਤ ਦੋ ਜੀ ਬਣਾ ਲਈ, ਲੋੜ ਨਹੀਂ ਸੀ ਬਣਾਉਣ ਦੀ ਇਹਨਾਂ ਨੂੰ, ਐਂ ਕਹਿੰਦੇ ਵੀ ਜਦੋਂ ਪਬਲਿਕ ਪੈਦਾ ਉਹਨੂੰ ਕਿਹੜਾ ਚਿਰ ਲੱਗਦਾ ਬਣਾਉਣ ਨੂੰ, ਜਦੇ ਬਣਾ ਲੂਗਾ ਉਹ, ਇਹ ਨਹੀਂ ਕਿਹਾ, ਇੱਥੋਂ ਹੀ ਕੱਚ ਰਹਿ ਗਿਆ, ਇਹੀ ਮੈਂ ਕਿਹਾ ਸੀ ਨਾ ਵੀ ਜਿਹੜਾ ਬੰਦਾ ਇਹ ਲਿਖ ਰਿਹਾ ਹੈ, ਇੱਕ ਤਾਂ ਨਕਲ ਕਰ ਰਿਹਾ ਕਿਸੇ ਧਰਮ ਦੀ, ਇੱਕ ਪੂਰੀ ਬੁੱਧੀ ਵਾਲਾ ਨਹੀਂ ਹੈ ਉਹ, ਅਨੰਦਪੁਰ ਸਾਹਿਬ ਇਹੀ ਗੱਲ ਕਹੀ ਸੀ ਉਹਨਾਂ ਨੂੰ ਵੀ ਪੂਰੀ ਬੁੱਧੀ ਵਾਲਾ ਆਦਮੀ ਨਹੀਂ ਜਿਹਨੇ ਗੱਲਾਂ ਲਿਖੀਆਂ ਨੇ, ਘੱਟ ਬੁੱਧੀ ਵਾਲਾ ਸੀ, ਉਹਨੂੰ ਕੀ ਲੋੜ ਸੀ ਲਿਖਣ ਦੀ, ਹੁਣ ਇਹ ਪਿਸ਼ਤ ਬਣ ਗਈ, ਜਿੱਥੇ ਜਾ ਕੇ ਸਾਰੀਆਂ ਰੂਹਾਂ ਰੱਖੀਆਂ ਹੋਈਆਂ ਨੇ, ਜਿੱਥੋਂ ਆ ਰਹੀਆਂ ਨੇ, ਤੁਸੀਂ ਕਹਿੰਦੇ ਦੁਬਾਰਾ ਜਨਮ ਨਹੀਂ ਹੁੰਦਾ, ਉਹ ਜਿਹੜਾ ਗਡਾਉਣ ਉਹਦਾ ਨਾਂ ਕੀ ਹੈ, ਜਿੱਥੇ ਬਣਾ ਕੇ ਰੱਖੀਆਂ ਨੇ ਰੂਹਾਂ, ਜਿੱਥੋਂ ਮੁੱਕਦੀਆਂ ਨਹੀਂ, ਕਹਿੰਦੇ ਜੀ ਉਹਦਾ ਪਤਾ ਨਹੀਂ ਉਹਦਾ ਨਾਂ ਕੀ ਹੈ, ਕਿਉਂ ਬਈ ਉਹਦਾ ਨਾਂ ਹੈ ਨਹੀਂ, ਜਿੱਥੇ ਜਾਣਾ ਉਹਦਾ ਨਾਂ ਪਹਿਲਾਂ ਮੈਂ ਰੱਖ ਲਿਆ, ਪਤਾ ਨਹੀਂ ਜਾਣਾ ਪਤਾ ਨਹੀਂ ਨਹੀਂ ਜਾਣਾ,
ਉਹ ਗਡਾਉਣ ਇਹ ਅੰਦਰ ਗਡਾਉਣ ਕੋਈ ਹੈ ਉਹ ਨਹੀਂ ਤੁਹਾਡਾ ਧਰਮ ਹੈ ਫਰਜ਼ੀ ਹੈ ਸਾਰਾ ਮੁੜ ਕੇ ਨਹੀਂ ਆਇਆ ਉਹਨੇ ਕਹਿੰਦਾ ਫਰਜ਼ੀ ਸਾਬਤ ਕਰਦਾ ਸਾਡਾ ਧਰਮ ਫਰਜ਼ੀ ਸਾਬਤ ਕਰਦਾ ਤਾਂ ਫਰਜ਼ੀ ਹੈ ਧਰਮ ਸਾਰਾ ਤੁਹਾਡਾ ਹਿੰਦੂਆਂ ਦਾ ਧਰਮ ਨਹੀਂ ਫਰਜ਼ੀ ਹੈ ਹਿੰਦੂਆਂ ਦਾ ਧਰਮ ਤਾਂ ਲਿਓ ਲੈ ਗਿਆ ਫਰਜ਼ੀ ਨਹੀਂ ਹੈਗਾ ਇਹ ਇਹਨਾਂ ਦਾ ਫਰਜ਼ੀ ਬਣਾ ਲਿਆ ਇਹਦਾ ਧਰਮ ਵੇਦ ਦੇ ਇਹਦਾ ਸੱਚ ਤੇ ਹੀ ਖੜਾ ਸੀ ਇਹਨਾਂ ਦਾ ਜਾਣ ਬੁੱਝ ਕੇ ਛੱਡ ਦਿੱਤਾ ਉਹ ਤੇ ਕੋਈ ਇੱਕ ਆਦਮੀ ਕੋਲ ਰਸਤਾ ਹੋਵੇ ਜਾਣ ਕੇ ਆਪਾਂ ਛੱਡ ਦਈਏ ਤਿਆਗ ਦੀ ਉਹ ਤਾਂ ਗੱਲ ਹੋਰ ਹੈ ਉਲਟੇਰਾ ਆਪਾਂ ਜਾਣ ਬੁੱਝ ਕੇ ਬੈਠੀ ਉਹ ਤਾਂ ਗੱਲ ਹੋਰ ਹੈ ਪਰ ਇੱਕ ਜਿਹੜਾ ਤੁਸੀਂ ਰਾਹ ਦੱਸਦੇ ਹੋ ਰਾਹ ਬਣਦਾ ਹੀ ਨਹੀਂ ਹੈ ਤੁਸੀਂ ਉਲਟਾ ਤਾਂ ਜ਼ਰੂਰ ਕੱਢਿਆ ਵੀ ਦੂਆ ਜਨਮ ਨਹੀਂ ਹੁੰਦਾ ਫਿਰ ਆਤਮਾ ਕਿੱਥੋਂ ਆਉਂਦੀਆਂ ਨੇ ਕਹਿੰਦੇ ਗੜਾਉਣ ਇੱਕ ਬਹੁਤ ਬੜਾ ਉੱਥੇ ਮੁਕਦੀ ਹੈ ਨਹੀਂ ਉਹਦਾ ਨਾਂ ਕੀ ਹੈ ਗੜਾਉਣ ਦਾ ਕਿੱਥੇ ਆ ਉਹਦੇ ਬਾਰੇ ਕੋਈ ਪਤਾ ਨਹੀਂ ਫਰਜ਼ੀ ਹੋ ਗਿਆ ਨਾ ਫਿਰ ਤਾਂ ਫਰਜ਼ੀ ਹੈ ਫਿਰ ਗੱਲ ਉਹਦਾ ਨਾਂ ਹੈ ਨਹੀਂ ਜਿਹੜਾ ਬਹੁਤ ਵੱਡਾ ਜਿੱਥੇ ਸੁਰਗ ਨਰਕ ਹੈ ਜਿੱਥੋਂ ਥੋੜ੍ਹਾ ਜਿਹਾ ਜਾਣਾ ਕਿਉਂਕਿ ਨਾ ਹੁਣ ਕਣਕ ਆਉਣੀ ਹੈ ਕਿੱਥੇ ਤਾਂ ਰੱਖਣੀ ਹੈ ਨਾ ਰੱਖਣ ਵਾਸਤੇ ਤਾਂ ਜਗ੍ਹਾ ਬਣਾ ਲਈ ਬੀਜ ਵੀ ਰੱਖ ਲਿਆ ਬੀਜਣ ਵਾਸਤੇ ਖੇਤ ਵੀ ਤਾਂ ਚਾਹੀਦੇ ਨੇ ਖੇਤ ਹੈ ਜੀ ਇਹ ਤਾਂ ਫਿਰ ਫਰਜ਼ੀ ਹੋ ਗਿਆ ਫਿਰ ਗਡਾਉਣ ਕਾਸ ਨੂੰ ਬਣਾਏ ਨੇ ਖੇਤ ਹੀ ਨਹੀਂ ਹੈ ਬੀਜਣ ਨੂੰ ਜਗ੍ਹਾ ਹੀ ਨਹੀਂ ਹੈ ਫਿਰ ਗਡਾਉਣ ਕਾਸ ਨੂੰ ਪਛੇਤੀ ਜਾਂਦੇ ਹੋ ਬਈ ਨਾ ਤਾਂ ਖੇਤ ਨੇ ਅਜੇ ਨਾ ਜੋ ਬੀਜ ਹੈ ਸਾਡੇ ਕੋਲ ਨਾ ਸਿੰਜਣ ਦਾ ਪ੍ਰੋਗਰਾਮ ਹੈ ਨਾ ਟਰੈਕਟਰ ਨੇ ਨਾ ਵਾਹੁਣ ਵਾਲੇ ਨਾ ਖੇਤੀ ਦੀ ਕੋਈ ਗੱਲ ਹੈ ਗਡਾਊਨ ਬਣਾ ਕੇ ਰੱਖ ਲਿਓ ਤੁਸੀਂ ਪਹਿਲਾਂ ਉਹ ਗਡਾਊਨ ਕਾਹਦੇ ਵਾਸਤੇ ਬਣਾਏ ਨੇ ਬੁੱਧੀਹੀਣਾਂ ਦਾ ਧਰਮ ਹੈ ਫਿਰ ਬਿਲਕੁਲ ਤੁਸੀਂ ਜੇ ਬਣਾਇਆ ਸੀ ਵੱਖਰਾ ਕੁਛ ਤਾਂ ਅਕਲ ਕਰਦੇ ਅਕਲ ਨਾਲ ਤਾਂ ਬਣਾਉਂਦੇ ਨਾ ਤੁਸੀਂ ਬਿਲਕੁਲ ਅਕਲ ਤੋਂ ਉਹੀ ਹੋ ਗਏ ਪੈਦਲੇ ਹੋ ਗਏ ਅਕਲ ਤੋਂ ਪੈਦਲ ਹੋ ਕੇ ਬਣਾਇਆ ਸਭ ਕੁਛ ਇੱਕ ਗੱਲ ਵਧੀਆ ਕੀਤੀ ਹੋਈ ਆ ਤੁਸੀਂ ਕਿ ਤੁਸੀਂ ਆਦਮੀ ਦੇ ਸਰੀਰ ਨੂੰ ਨਹੀਂ ਬੰਦੇ ਬਸ ਇਹੀ ਇਹੀ ਖੂਬੀ ਹੈ ਇਹਦੇ ਵਿੱਚ ਸਾਰਿਆਂ ਨੂੰ ਵੱਡੀ ਬਾਕੀ ਫਿਲੋਸਫੀ ਵਾਲਿਆਂ ਨੂੰ ਕੋਈ ਗਿਆਨ ਨਹੀਂ ਹੈ ਜਿਹੜੇ ਆਤਮਾ ਨੂੰ ਮੰਨਦੇ ਨੇ ਨਿਰਾਕਾਰ ਨੂੰ ਮੰਨਦੇ ਨੇ ਸਰੀਰ ਨੂੰ ਨਹੀਂ ਬੰਦੇ ਕਿਸੇ ਨੂੰ ਬਸ ਇਹੀ ਇਹੀ ਇੱਕ ਵੱਡੀ ਗੱਲ ਹੈ ਜਿੱਤ ਹੈ ਉਹਦੇ ਵਿੱਚ ਜਿਹੜੀ ਦੂਜੀ ਗੱਲ ਹੈ ਦੂਜੀ ਸਾਰੀ ਇਹਨਾਂ ਦੀ ਬੋਗਸ ਹੈ ਦੂਜੀ ਗੱਲ ਆ ਤਾਂ ਹੀ ਟਿੱਪਣੀ ਕਰ ਲਿਆ ਕੌਣ ਕਦੇ ਵਿਖਾਣੀ ਕੀ ਪੜ ਲਿਆ ਤਾਂ ਉਲਟਾ ਕੰਮ ਕਾਜੀ ਕਾਜੀ ਤੈਂ ਕਵਨ ਕਤੇ ਵਿਖਾਣੀ ਉਸੇ ਤੇ ਟਿੱਪਣੀ ਹੈ ਕਵਨ ਕਤੇ ਵਿਖਾਣੀ ਤੇ ਪੜਤ ਗੁਰਤ ਸਭ ਐਸੇ ਮਾਰੇ ਕਿਹਨੂੰ ਖਬਰ ਨਾ ਜਾਣੀ ਪੜਨ ਗੁਰ ਵਾਲੇ ਤਾਂ ਸਾਰੇ ਤਾਂ ਖਬਰਾਂ ਜਿਸਦੇ ਪਏ ਨੇ ਬੜੇ ਤੇਰੇ ਆਪਣੇ ਬਿਆਨਾਂ ਵਾਲੇ ਖਬਰਾਂ ਚ ਪਏ ਨੇ ਇਹ ਕਹਿੰਦੇ ਰੋਜ਼ੇ ਕਿਆਮਤ ਤੱਕ ਸਾਰੇ ਖਬਰਾਂ ਚ ਰਹਿਣਗੇ ਬੱਚਾ ਤਾਂ ਕੋਈ ਨੀ ਨਾ ਹੈ ਸਾਰੇ ਔਲੀ ਅੰਬੇ ਕਬਰਾਂ ਚ ਪਏ ਨੇ ਤੇਰੇ ਬੱਚਾ ਤਾਂ ਫਿਰ ਕੋਈ ਵੀ ਨਹੀਂ ਉਹਦਾ ਕੀ ਫਾਇਦਾ ਹੋਇਆ ਤੇਰੀ ਕਿਤੇ ਉਹਦਾ ਬਈ ਮੌਤ ਤੋਂ ਤਾਂ ਕੋਈ ਬਚਿਆ ਹੀ ਨਹੀਂ ਪੜਤ ਗੁਣ ਤੇ ਸਗਲੇ ਸੰਪਰਕ ਕੋਈ ਕਿਸੇ ਨਾਲ ਹੈ ਨੀ ਕਿਹਨੂੰ ਖਬਰ ਨਾ ਜਾਣੀ ਸ਼ਕਤੀ ਸਦੇ ਕਰ ਸੁਨਤ ਕਰੀਏ ਮੈਂ ਨਾ ਬਦਊਗਾ ਭਾਈ ਬਦਊਗਾ ਭਾਈ ਬਦਊਗਾ ਬਦੋ ਬਦੋ ਬਦਲ ਹੁੰਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਸ਼ਕਤੀ ਸਰੇ ਕਰ ਸੁਨਤ ਕਰੀਏ ਮੈਂ ਨਾ ਬਦਊਗਾ ਭਾਈ ਜੋਰੇ ਖੁਦਾਏ ਮੋਏ ਤੁਰਕ ਕਰੇਗਾ ਆਪਣੇ ਹੀ ਕੱਟ ਜਾਏ ਜੇ ਤੁਸੀਂ ਸ਼ਕਤੀ ਦੇ ਸਨੇਹ ਕਰਕੇ ਸੁਨਤ ਕਰਦੇ ਸ਼ਕਤੀ ਸ਼ਕਤੀ ਹੁੰਦੀ ਹੈ ਔਰਤ ਔਰਤ ਨੂੰ ਸ਼ਕਤੀ ਮੰਨਦੇ ਨੇ ਉਹ ਵੀ ਮੰਨਦੇ ਨੇ ਨਾ ਸ਼ਕਤੀ ਸੰਸਾਰ ਵੀ ਸ਼ਕਤੀ ਮੰਨਦੇ ਇਹ ਸ਼ਕਤੀ ਕਿਹੜੀ ਹੈ ਮਾਇਆ ਦੀ ਸ਼ਕਤੀ ਹੈ ਪਰਮੇਸ਼ਰ ਦੀ ਸ਼ਕਤੀ ਨਹੀਂ ਹੈ ਜਿਹੜੀ ਨਿਰਾਕਾਰੀ ਦੁਨੀਆਂ ਦੇ ਵਿੱਚ ਔਰਤ ਕਿਹਾ ਹੈ ਨਾ ਜਿੱਥੇ ਆਇਆ ਜਿਹਨੂੰ ਗੁਰਮੁਖੀ ਅਸੀਂ ਕਹਿੰਦੇ ਹਾਂ ਇਹ ਪਰਮੇਸ਼ਰ ਦੀ ਸ਼ਕਤੀ ਹੈ
ਵਿਵੇਕ ਬੁੱਧੀ ਪ੍ਰਗਟ ਹੋ ਕੇ ਜਾਂ ਸੰਸਾਰ ਚ ਵਿਚਰਦੀ ਹੈ ਤਾਂ ਉਹ ਭਗਤ ਹੈਗਾ, ਉਹ ਭਗਵਤੀ ਹੈ, ਸ਼ਕਤੀ, ਉਹ ਸ਼ਕਤੀ ਹੈ। ਵਿਵੇਕ ਬੁੱਧੀ ਉਹਦੀ ਸ਼ਕਤੀ ਹੈ, ਵਿਵੇਕ ਉਹਦੀ ਸ਼ਕਤੀ ਹੈ। ਜਿਹੜਾ ਭਗਤ ਪ੍ਰਗਟ ਹੁੰਦਾ ਹੈ ਵਿਵੇਕ ਬੁੱਧ ਦੇ ਵਿੱਚ, ਜਿਵੇਂ ਉਹ ਚਲਾਉਂਦਾ ਹੋਵੇ ਚੱਲਦਾ ਹੈ, ਉਹ ਪਰਮੇਸ਼ਰ ਦੀ ਗਿਆਨ ਸ਼ਕਤੀ ਹੈ। ਗਿਆਨ ਦੀ ਸ਼ਕਤੀ ਹੁੰਦੀ, ਹੋਰ ਕੁਛ ਨਹੀਂ ਹੁੰਦਾ। ਸ਼ਕਤੀ ਹੋਰ ਕਹਿੰਦੀ ਹੈ, ਸਰੀਰ ਦੀ ਸ਼ਕਤੀ ਨਹੀਂ ਹੁੰਦੀ, ਗਿਆਨ ਦੀ ਸ਼ਕਤੀ ਹੁੰਦੀ। ਮਾਇਆ ਦੀ ਸਰੀਰ ਦੀ ਸ਼ਕਤੀ ਮਾਇਆ ਦੀ ਸ਼ਕਤੀ ਹੈ, ਮਾਇਆ ਦੀ ਸ਼ਕਤੀ ਨਹੀਂ ਹੁੰਦੀ, ਗਿਆਨ ਦੀ ਸ਼ਕਤੀ ਹੁੰਦੀ ਹੈ। ਮਾਇਆ ਦੀ ਸ਼ਕਤੀ ਹੋਰ ਚੀਜ਼ ਹੈ, ਗਿਆਨ ਦੀ ਸ਼ਕਤੀ ਹੋਰ ਚੀਜ਼ ਹੈ। ਉਹ ਗਿਆਨ ਦੀ ਸ਼ਕਤੀ ਹੁੰਦੀ ਹੈ, ਗਿਆਨ ਚਰਚਾ ਸਭ ਉਹਦੇ ਥੱਲੇ ਨੇ। ਸਰੀਰਕ ਸ਼ਕਤੀ ਜੋ ਤੁਹਾਡੇ ਉੱਤੇ ਵੀ ਹੋ ਸਕਦਾ ਹੈ, ਹੱਥੀ ਹੈ, ਆਦਮੀ ਦੇ ਉੱਤੇ ਹੀ ਹੈ। ਕਬੀਰ ਦੇ ਹੱਥੀ ਨੇ ਚੋਲ ਨਹੀਂ ਕੀਤੀ, ਹਾਥੀ ਤਾਂ ਜਾਨਵਰ ਹੈ, ਸ਼ੇਰ ਤਾਂ ਜਾਨਵਰ ਹੈ, ਆਦਮੀ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ, ਗੈਂਡਾ ਆਦਮੀ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਉਹ ਮਾਇਆ ਦੀ ਸ਼ਕਤੀ ਹੈ, ਸਰੀਰ ਦੀ ਸ਼ਕਤੀ ਹੈ। ਇਹ ਨੂੰ ਮਾਇਆ ਰੂਪ ਮੰਨਿਆ ਹੋਇਆ ਇਸ ਸਰੀਰ ਨੂੰ, ਇੱਥੇ ਵੀ ਮਾਇਆ ਰੂਪ ਹੈ ਮੰਨਿਆ ਕਬੀਰ ਨੇ ਹੁਣ ਸ਼ਕਤੀ ਕਹਿ ਕੇ। ਔਰਤ ਦੀ ਫਿਲੋਸਫੀ ਜਿੱਥੇ ਤੱਕ ਹੈ ਬੰਨੀ ਹੋਈ ਹਿੰਦੂ ਗ੍ਰੰਥਾਂ 'ਚ, ਗੁਰਮਤ ਦੇ ਖਿਲਾਫ ਨਹੀਂ ਹੈ ਕਿਤੇ ਵੀ। ਔਰਤ ਨੂੰ ਮਾਇਆ ਗੁਰਬਾਣੀ ਵੀ ਮੰਨਦੀ ਹੈ, ਔਰਤ ਮਾਇਆ ਰੂਪ ਹੈ, ਮਾਇਆ ਦੀ ਸ਼ਕਤੀ ਹੈ। ਕਿਉਂ ਮਾਇਆ ਦੀ ਸ਼ਕਤੀ ਹੈ? ਸਵਾਲ ਇਹ ਹੈ ਕਿ ਮਾਇਆ ਨਾਲ ਇਹ ਸਰੀਰ ਆਤਮਾ ਨੂੰ ਮਾਇਆ ਨਾਲ ਜੋੜਨ ਦੀ ਸ਼ਕਤੀ ਹੈ ਇਹਦੇ ਵਿੱਚ। ਇਹਦੇ ਪੇਟ ਜੁੜਦਾ, ਸਰੀਰ ਬਣਦਾ, ਆਤਮਾ ਔਰ ਦੀ ਜਿਹੜੀ ਦੇਹ ਹੈ ਪੰਜਾਂ ਤੱਤਾਂ ਦੀ ਔਰ ਆਤਮਾ, ਇਹ ਜੋੜਦੀ ਹੈ ਇਹ ਸ਼ਕਤੀ ਤਾਂ। ਇਹ ਦੇਖੋ, ਜੋੜਨ ਦੀ ਸ਼ਕਤੀ ਤਾਂ ਹੈ ਮਾਇਆ ਨਾਲ, ਤੋੜਨ ਦੀ ਸ਼ਕਤੀ ਨਹੀਂ ਹੈ। ਮਾਇਆ ਤੋਂ ਤੋੜਨ ਦੀ ਸ਼ਕਤੀ, ਜਨਮ ਦੇਣ ਦੀ ਸ਼ਕਤੀ ਹੈ ਇਹਦੇ ਕੋਲ, ਮਾਰਨ ਦੀ ਸ਼ਕਤੀ ਨਹੀਂ ਹੈ ਇਹਦੇ ਕੋਲ। ਜਿਉਂਦੇ ਨੂੰ ਮਾਰਨ ਦੀ ਉਹ ਆਦਮੀ ਕੋਲ ਸ਼ਕਤੀ ਹੈ, ਗਿਆਨ ਦੀ ਸ਼ਕਤੀ ਹੈ। ਇੱਕ ਸ਼ਕਤੀ ਇਹਨੂੰ ਦਿੱਤੀ ਹੈ, ਇੱਕ ਸ਼ਕਤੀ ਆਦਮੀ ਨੂੰ ਦਿੱਤੀ ਹੈ। ਅਸਲ ਦੇ ਵਿੱਚ ਤਾਂ ਦੋ ਹੈ ਜੀ, ਦੋ ਇੱਕ ਨੇ ਇਹ। ਮਾਰਨ ਦੀ ਸ਼ਕਤੀ ਵੀ ਆਦਮੀ ਕੋਲ ਹੈ, ਇੱਕ ਕੋਲ ਹੈ, ਮਾਰੇ ਰੱਖੇ ਇੱਕੋ ਆਪ ਹੈ ਨਾ। ਭਾਈ ਔਰਤ ਔਰ ਆਦਮੀ ਬਣ ਕੇ ਅਸਲ ਦੋ ਇੱਕ ਨੇ, ਇੱਕ ਨੇ, ਦੋ ਦੋ ਨਹੀਂ ਹਨ। ਜੇ ਇਹਨੂੰ ਦੋ ਮੰਨੀਏ ਇਹ ਗਲਤੀ ਹੈ ਸਾਡੀ, ਦੋ ਨਹੀਂ ਹਨ ਇਹ। ਤਾਂ ਹੀ ਕਹਿ ਇੱਕ ਜੋਤ ਦੋਏ ਮੂਰਤੀ ਧਨ ਪਰ ਗਈ ਹੈ ਸਰ। ਇਹ ਦੋ ਹੈ ਨਹੀਂ, ਵਿਦਵਾਨਾਂ ਨੂੰ ਦੋ ਮੰਨਦੇ ਨੇ, ਜੇ ਦੋ ਮੰਨਦੇ ਆ ਤਾਂ ਹੀ ਝਗੜਾ ਪੈਂਦਾ, ਦੋ ਨਹੀਂ ਹੈ। ਜਿੱਥੇ ਤੱਕ ਵਿਚਾਰਧਾਰਾ ਦੀ ਹੈ, ਮਰਜ਼ੀ ਦੀ ਗੱਲ ਹੈ, ਮਰਜ਼ੀ ਨਾ ਆਦਮੀ ਦੀ ਚੱਲਣ ਦੀ ਇਜਾਜ਼ਤ ਹੈ, ਨਾ ਔਰਤ ਦੀ ਚੱਲਣ ਦੀ ਇਜਾਜ਼ਤ ਹੈ। ਆਦਮੀ ਦੀ ਮਰਜ਼ੀ ਚੱਲੋ ਉਹ ਵੀ ਗਲਤ ਹੈ, ਔਰਤ ਦੀ ਚੱਲੋ ਉਹ ਵੀ ਗਲਤ ਹੈ, ਦੋਹਾਂ ਦੀ ਨਹੀਂ ਚੱਲਣੀ। ਮਰਜ਼ੀ ਕਹਿੰਦੀ ਚੱਲੋ ਪਰਮੇਸ਼ੁਰ ਦੀ, ਦੋਵੇਂ ਪਹਾੜਾਂ 'ਚ ਰਹਿਣਗੇ ਤਾਂ ਇਹ ਗੱਡੀ ਠੀਕ ਚੱਲੂਗੀ, ਵਰਨਾ ਗੱਡੀ ਠੀਕ ਚੱਲੇ ਨਹੀਂ ਸਕਦੀ। ਫਿਰ ਤਾਂ ਝਗੜਾ ਲੜਾਈ ਹੁੰਦੀ ਰਹੂਗੀ। ਜੇ ਦੋਵੇਂ ਭਾਣੇ ਚੱਲਣਗੇ ਤੇ ਆਦਮੀ ਭਾਣੇ ਚੱਲੂਗਾ, ਉਹ ਜਾਤੀ ਕਰੇ ਨਹੀਂ ਸਕਦਾ, ਜਾਤੀ ਸੋਚੇ ਨਹੀਂ ਸਕਦਾ, ਕਰਨੀ ਤੱਕ ਪਾਸੇ ਸੋਚ ਵੀ ਨਹੀਂ ਸਕਦਾ, ਜਾਤੀ ਸੋਚ ਵੀ ਨਹੀਂ ਸਕਦਾ, ਕਰਨੀ ਤੱਕ ਪਾਸੇ। ਇਹ ਹੱਲ ਹੈ, ਵਿਦਵਾਨਾਂ ਕੋਈ ਹੱਲ ਨਹੀਂ ਹੈ। ਵਿਦਵਾਨ ਮਨਮੁੱਖਾਂ ਦੇ ਵਿੱਚ ਏਕਤਾ ਕਰਾ ਰਹੇ ਨੇ, ਮਨਮੁੱਖਾਂ 'ਚ ਕਦੇ ਏਕਤਾ ਹੁੰਦੀ ਓ ਨਹੀਂ ਹੁੰਦੀ। ਔਰਤ ਔਰ ਆਦਮੀ ਦੋਵੇਂ ਮਨਮੁੱਖ ਰਹਿਣਗੇ, ਏਕਤਾ ਕਰਾਉਣੀ ਹੈ, ਇਹ ਬਿਲਕੁਲ ਬੇਵਕੂਫੀ ਹੈ। ਇਹ ਸੋਚਣ ਵਾਲੇ ਸਾਰੇ ਪਾਗਲ ਨੇ, ਬੇਵਕੂਫ ਨੇ, ਗੁਰਬਾਣੀ ਦੀ ਇਹ ਸੋਚਣੀ ਹੈ। ਇਸ ਕਰਕੇ ਗੁਰਬਾਣੀ ਨੇ ਏਕਤਾ ਕਰਾਈ ਹੈ, ਧਰਮ ਏਕਤਾ ਕਰਾ ਸਕਦਾ। ਇਸ ਕਰਕੇ ਧਰਮ ਕੋ ਜਾਂਦੇ ਨੇ ਵਿਆਹ ਵੇਲੇ ਸਾਰੇ, ਏਕਤਾ ਇਹੀ ਕਰਵਾ ਸਕਦਾ, ਸੰਸਾਰ ਏਕਤਾ ਨਹੀਂ ਕਰਵਾ ਸਕਦਾ, ਤੇ ਝਗੜਾ ਰਹੂਗਾ। ਜਿੱਥੇ ਤੱਕ ਸੋਚ ਆਪਣੀ ਆਪਣੀ ਟਕਰਾਅ ਰਹੂਗਾ, ਇਹ ਫਿਰ ਕੰਪਰੋਮਾਈਜ਼ ਕਰਨਾ ਪਊਗਾ। ਇੱਥੇ ਕੰਪਰੋਮਾਈਜ਼ ਦਾ ਸਵਾਲ ਹੀ ਨਹੀਂ ਹੈ, ਕੰਪਰੋਮਾਈਜ਼ ਕਰਨਾ ਗੁਰਮਤ ਨਾਲ, ਹੱਕ ਇਨਸਾਫ਼ 'ਤੇ ਖੜ੍ਹ ਬਸ। ਜੇ ਦੋਵੇਂ ਹੱਕ ਇਨਸਾਫ਼ 'ਤੇ ਖੜ੍ਹੇ ਨੇ, ਝਗੜਾ ਹੀ ਨਹੀਂ, ਝਗੜਾ ਜ਼ਿਆਦਾ ਜ਼ਿਆਦਾ ਦੂਆ ਦੂਏ 'ਤੇ ਹਾਵੀ ਹੋਣਾ ਚਾਹੁੰਦਾ।
ਇੱਥੇ ਝਗੜਾ ਹੀ ਇਹ ਤਾਂ ਸੰਸਾਰ ਦੇ ਵਿੱਚ ਹੈ ਝਗੜਾ। ਇਹ ਗੱਲ ਦੀ ਸਮਝ ਵਿਦਵਾਨਾਂ ਨੂੰ ਨਹੀਂ ਹੈ। ਉਹ ਹੱਕ ਬਰਾਬਰ ਜਿਹੜੇ ਚਾਹੁੰਦੇ ਨੇ ਸੋਚਦੇ ਨੇ ਉਹਨਾਂ ਨੂੰ ਸਮਝ ਇਹਦੀ ਗੱਲ ਨਹੀਂ ਵੀ ਗੁਰਬਾਣੀ ਕਹਿੰਦੀ ਕੀ ਹੈ, ਗੁਰਬਾਣੀ ਨੇ ਇਹਦਾ ਹੱਲ ਕਿੱਥੇ ਕੀਤਾ, ਇਹਦਾ ਹੱਲ ਵੀ ਕੀਤਾ ਗੁਰਬਾਣੀ ਨੇ, ਠੀਕ ਹੱਲ ਧਰਮਾਂ ਨੇ ਕੀਤਾ ਇਹਦਾ। ਪਰ ਵਿਦਵਾਨ ਤਾਂ ਬੁੱਧੀਹੀਨ ਹੁੰਦੇ ਨੇ, ਇਹਨਾਂ ਇਹ ਤਾਂ ਸੰਸਾਰੀ ਆਦਮੀ ਨੇ, ਸੰਸਾਰੀ ਸੋਚ ਹੈ ਇਹਨਾਂ ਕੋਲ, ਸੰਸਾਰੀ ਸੋਚ ਨਾਲ ਇਹ ਹੱਲ ਕਰਦੇ ਨੇ, ਹੱਲ ਹੋਣਾ ਹੀ ਨਹੀਂ, ਤੇ ਹੋ ਹੀ ਨਹੀਂ ਸਕਦਾ, ਇਹ ਨਹੀਂ ਹੱਲ ਹੋ ਸਕਦਾ। ਜਿੱਥੇ ਤੱਕ ਆਪਣੀ ਮਰਜ਼ੀ ਹੈ ਟਕਰਾਅ ਰਹੂਗਾ, ਇਸ ਕਰਕੇ ਸੀਤਾ ਦਾ ਗੱਲ ਆਇਆ ਪ੍ਰਸੰਗ। ਜੇ ਆਪਣੀ ਮਰਜ਼ੀ ਉਹਨੇ ਕੀਤੀ ਉੱਥੇ ਵਿਵਸਥਾ ਖੜੀ ਹੋ ਗਈ, ਜਿੱਥੇ ਸੀਤਾ ਦੀ ਮਰਜ਼ੀ ਜਰਾਕ ਆਈ ਉਹਨੇ ਮਜਬੂਰ ਕੀਤਾ ਹਿਰਨ ਬਗਲ ਜਾ, ਵਿਵਸਥਾ ਖੜੀ ਹੋ ਗਈ, ਸਾਰੀ ਰਮਾਇਣ ਦੇ ਅਧਾਰੇ ਹੋ ਗਿਆ। ਜਿੱਥੇ ਕਕਈ ਦੀ ਮਰਜ਼ੀ ਆਈ ਉੱਥੇ ਘਰ ਬਰਬਾਦ ਹੋ ਗਿਆ, ਹੋ ਗਿਆ ਨਾ। ਜਿੱਥੇ ਦ੍ਰੋਪਦੀ ਦੀ ਮਰਜ਼ੀ ਆਈ ਹੈ ਤੇ ਕੋਈ ਉਹ ਕਿਹਾ ਉੱਥੇ ਘਰ ਬਰਬਾਦ ਹੋ ਗਿਆ। ਇਹ ਪੁਆਇੰਟ ਨੇ ਸਿਰਫ ਇਹਦੇ 'ਚ, ਇਹ ਇਸ਼ਾਰਾ ਕਰਦੇ ਨੇ ਕੁਛ ਸਾਨੂੰ ਗਿਆਨ ਵਾਰ, ਚਾਹੇ ਬਹੁਤ ਕੁਛ ਲਿਖਿਆ ਹੋਇਆ ਬਾਕੀ ਛੱਡੋ, ਪਰ ਇੱਥੇ ਜਦ ਮਰਜ਼ੀ ਆਈ ਤਾਂ ਉੱਥੇ ਬਰਬਾਦੀ ਸ਼ੁਰੂ ਹੋ ਗਈ। ਉਹਨਾਂ ਨੇ ਦ੍ਰੋਪਦੀ ਨੂੰ ਡਾਂਟਿਆ ਨਹੀਂ, ਤਾਂ ਇਹ ਗੱਲ ਕਿਉਂ ਕਹੀ ਸਾਡਾ ਭਾਈ ਹੈ। ਜੇ ਡਾਂਟ ਦਿੰਦੇ ਉਹਦੀ ਉਹਨੂੰ ਸਜ਼ਾ ਦੇ ਦਿੰਦੇ, ਕਲੇਸ਼ ਨਹੀਂ ਸੀ ਉਦੋਂ, ਭਾਈ ਨੂੰ ਸੈਟਿਸਫਾਈ ਕਰਦੇ ਆਪਣੇ, ਉਹਦੀ ਬੇਇੱਜ਼ਤੀ ਹੋਈ ਸੀ, ਉੱਧਰ ਨੂੰ ਗਏ ਨਹੀਂ, ਬਰਬਾਦੀ ਹੋ ਗਈ। ਇਹ ਗੱਲ ਲਕੋਲੀ ਵਿਦਵਾਨਾਂ ਨੇ, ਕਿਉਂ ਜਿੱਤ ਜੋ ਪੜ੍ਹਨੋ ਗਏ ਨਾ, ਜੇ ਪੜ੍ਹਨੋ ਹਾਰ ਜਾਂਦੇ ਫਿਰ ਕਲਮ ਦੂਏ ਪਾਸੇ ਵੀ ਚਲਾ ਦਿੰਦੇ ਵਿਦਵਾਨ, ਇਹ ਪੁਆਇੰਟ ਲਗੋਲਿਆ। ਕਸੂਰ ਤਾਂ ਉਹਦਾ, ਹੁਣ ਕਸੂਰ ਉਹ ਸਭਾ ਦੇ ਵਿੱਚ ਤੁਹਾਨੂੰ ਲਿਆ ਰਿਹਾ, ਉਹਦਾ ਕਰਤਾ ਕਿਉਂ ਲਿਆ ਰਿਹਾ ਉਹ ਛੱਡਤੀ ਗੱਲ, ਉਹ ਛੱਡਤੀ, ਉਹਦੇ ਜਿਹੜੀ ਸੂਈ ਲੱਗੀ ਹੋਈ ਸੀ ਉਹ ਤਾਂ ਨਹੀਂ ਪੀੜਾ ਦਾ ਪਤਾ, ਉਹਦੇ ਦਾ ਤੀਰ ਲੱਗਿਆ ਸੀ ਉਹ ਇਗਨੋਰ ਕਰਤਾ ਸਾਰਾ, ਉਹਦਾ ਜੇਤਨ ਲਾ ਕੇ ਸੋਈ ਜਾਣੇ ਨੇ, ਉਹ ਇਗਨੋਰ ਕੀਤਾ ਹੋਇਆ ਸਾਰਾ, ਕਿਤੇ ਨਹੀਂ ਉਹਦਾ ਜ਼ਿਕਰ ਕਰ ਰਹੇ। ਸਰੂਪਨਾ ਦਾ ਨੱਕ ਵੜ ਦਿੱਤਾ, ਉਹ ਇਗਨੋਰ ਕੀਤਾ ਹੋਇਆ, ਰਾਵਣ ਦਾ ਸਾਰਾ ਕਸੂਰ ਹੈ। ਇਹ ਜਿਹੜੇ ਇਤਿਹਾਸ ਸੀ ਇਹ ਸਾਰੇ ਇੱਕ ਤਰਫਾ ਦ੍ਰਿਸ਼ਟੀ ਨਾਲ ਲਿਖੇ ਹੋਏ ਨੇ ਇਤਿਹਾਸ, ਸੰਤੁਲਿਤ ਦ੍ਰਿਸ਼ਟੀ ਨਾਲ ਨਹੀਂ ਲਿਖੇ ਹੋਏ, ਦੋਵਾਂ ਪਾਸਿਆਂ ਨੂੰ ਇੱਕੋ ਜਿਹਾ ਸਮਝ ਕੇ ਨਹੀਂ ਲਿਖੇ ਹੋਏ, ਇਸੇ ਕਰਕੇ ਝਗੜੇ ਦਾ ਕਾਰਨ ਬਣਦੇ ਨੇ। ਇਸਤਰੀ ਸ਼ਕਤੀ ਨੂੰ ਪੁਰਖ ਆਪਣੇ ਹਿਸਾਬ ਨਾਲ ਸਹੀ ਵਰਤੋਂ ਕਰੇ ਤਾਂ ਝਗੜੇ ਖਤਮ ਹੁੰਦੇ ਨਹੀਂ ਰਹੇ। ਉਹ ਜਦ ਅਸੀਂ ਭਾਣੇ ਚੱਲਦੇ ਹਾਂ ਆਦਮੀ ਭਾਣੇ ਚੱਲੂਗਾ, ਔਰਤ ਨੂੰ ਉਹਦੇ 'ਤੇ ਸ਼ੰਕਾ ਹੀ ਨਹੀਂ ਹੋ ਸਕਦੀ, ਪਰ ਔਰਤਾਂ ਨੂੰ ਸ਼ੰਕਾ ਹੁੰਦੀ ਹੈ ਭਾਣੇ ਚੱਲਣ 'ਤੇ ਵੀ, ਤਦਮ ਪਾਸ਼ਾ ਭਾਣੇ ਚੱਲ ਰਹੇ ਨੇ, ਚੱਲ ਰਹੇ ਨੇ, ਛੇਵੇਂ ਪਾਸ਼ਾ ਭਾਣੇ ਚੱਲ ਰਹੇ ਨੇ, ਮਾਤਾ ਨੂੰ ਦਰਾਜ ਹੈ, ਸੰਗਤ ਨੂੰ ਕਹਿ ਰਹੇ ਨੇ ਮਠਿਆਈ ਦੇ ਦਿਓ, ਨਹੀਂ ਦੇ ਰਹੀ ਬੀਬੀ ਵੀਰੋ ਦੇ ਵਿਆਹ ਨੂੰ, ਨਹੀਂ ਮਿਲ ਰਹੀ। ਤਿੰਨ ਵਾਰ ਮੋੜਿਆ, ਕਾਬਲ ਦੀ ਸੰਗਤ ਆਈ ਹੈ ਮਠਿਆਈ ਦੇ ਦਿਓ, ਮਠਿਆਈ ਪੱਕ ਰਹੀ ਹੈ, ਨਹੀਂ ਦੇਣਾ। ਉਹ ਪੰਡਤ ਵਾਲੀ ਗੱਲ ਸੀ ਨਾ ਦਿਮਾਗ 'ਚ, ਸੱਗੇ ਰੱਤਿਆਂ ਨੂੰ ਖੜਾਏ ਬਿਨਾਂ ਨਹੀਂ ਦੇਣਾ ਕਿਸੇ ਨੂੰ, ਉਹ ਤੋੜ ਰਹੇ ਸੀ ਉਹ ਗੱਲ ਨੂੰ, ਜਿਹੜਾ ਉਪਦੇਸ਼ ਕੀਤਾ ਸੀ ਤੋੜ ਰਹੇ ਸੀ ਇਹ ਗੱਲ ਨੂੰ। ਤਿੰਨ ਵਾਰ ਜਵਾਬ ਦੇ ਤਾ, ਕਹਿੰਦੇ ਇਹਨੂੰ ਤੁਰਕ ਖਾਣਗੇ, ਤੇਰੇ ਸੱਗੇ ਰੱਤੇ ਵੀ ਨਹੀਂ ਖਾਂਦੇ, ਹੋਈ ਨਾ ਲੜਾਈ। ਇਹ ਗੱਲਾਂ ਲਕੋਈਆਂ ਹੋਈਆਂ ਨੇ ਸਿੱਖਾਂ ਨੇ, ਜੇ ਇਹ ਗੱਲਾਂ ਹਾਈਲਾਈਟ ਕਰ ਦੇਣਗੇ ਜਿੱਦਣ, ਉੱਦਣ ਪਤਾ ਲੱਗੂ ਵੀ ਗੱਲ ਕੀ ਹੈ। ਇਤਿਹਾਸ ਹੈ ਗੱਲਾਂ ਲਿਖੀਆਂ ਹੋਈਆਂ ਲਕੋਲੀਆਂ, ਇਹਨਾਂ ਨੇ ਇਹਦਾ ਨਵੀਂ ਗੱਲ ਹੁਣ ਚੱਲੀ ਹੈ, ਪਹਿਲਾਂ ਕਦੇ ਗੱਲ ਹੀ ਨਹੀਂ ਆਇਆ ਬਰਾਬਰੀ ਦੀ, 40 ਸਾਲ 50 ਸਾਲ ਪਹਿਲਾਂ ਕੋਈ ਗੱਲ ਨਹੀਂ ਬਰਾਬਰੀ ਦੀ ਕਿਤੇ ਹੋਈ ਹੋਈ ਨਹੀਂ, ਆਹ ਹੁਣੇ ਸ਼ੁਰੂ ਕੀਤੀ ਹੈ। ਉਹ ਵੀ ਜਾਤੇ ਸ਼ੁਰੂ ਕੀਤੀ ਹੈ, ਜਾਤੇ ਇਹਨਾਂ ਨੇ ਬਣਾ ਦਿੱਤਾ,
ਹਿੰਦੂ ਮੈਰਿਜ ਐਕਟ ਬਰਾਬਰੀ ਇਹਦੀ ਨਾ ਜਿਹੜੀ ਕਾਨੂੰਨ ਦੇ ਵਿੱਚ ਸਕਸੈਸ਼ਨ ਬਈ ਔਰਤਾਂ ਨੂੰ ਜਨਾਨੀਆਂ ਨੂੰ ਬਰਾਬਰ ਜ਼ਮੀਨ ਦੇ ਬਰਾਬਰ ਅਧਿਕਾਰ ਉਹ ਜਵਾਹਰ ਲਾਲ ਨੇ ਬਣਾਇਆ ਤਾਂ ਉਹਦੀ ਕੁੜੀ ਉਹ ਕੁੜੀ ਸੀ ਪ੍ਰੋਪਰਟੀ ਦੇ ਵਿੱਚ ਉਹਦਾ ਪ੍ਰੋਪਰਟੀ ਹਿੱਸਾ ਉਹਨੇ ਆਪਣੀ ਕੁੜੀ ਖਾਤਰ ਇਹ ਰਾਹ ਖੋਲਿਆ ਸੀ ਇਹਨਾਂ ਨੇ ਜ਼ਿਆਦਾ ਸਕਾ ਬਣ ਗਿਆ ਆਪਣਾ ਜਿਹੜਾ ਸੀ ਪ੍ਰਤਾਪ ਸਿੰਘ ਕੈਰੋ ਜੋ ਸੈਂਟਰ ਦਾ ਉਹੀ ਕਾਨੂੰਨ ਲਾਗੂ ਹੈ ਸਾਰੇ ਸਟੇਟਾਂ ਨੇ ਲਾਗੂ ਕੀਤਾ ਵਕੀਲ ਦੇ ਇੱਥੇ ਝਗੜੇ ਕਰਾਤੇ ਨੇ ਉਹ ਪੰਜਾਬ ਭੋਗਦੇ ਹੈ ਉਹਨੂੰ ਜ਼ਿਆਦਾ ਉਹਦਾ ਹਿਤਕਾਰੀ ਸੀ ਨਾ ਜ਼ਿਆਦਾ ਸਕਾ ਬਣਿਆ ਜਵਾਹਰ ਲਾਲ ਦਾ ਇਹਨਾਂ ਨੇ ਸ਼ੁਰੂ ਕਰਤਾ ਰੌਲਾ ਪਾਤਾ ਸਾਡੇ ਦਾ ਜੀ ਸਿੱਖੀ ਨੇ ਬਣਿਆ ਸਾਡੇ ਸਿੱਖੀ ਨੇ ਬਣਿਆ ਕੋਈ ਗੱਲ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਉਹਨਾਂ ਨੇ ਰੌਲਾ ਪਾਤਾ ਸਾਡੇ ਤਾਂ ਸਿੱਖੀ 'ਚ ਬਰਾਬਰੀ ਹੈ ਸਿੱਖੀ ਸਾਬਤ ਕਰਨ ਹੁਣ ਬਰਾਬਰੀ ਕਿੱਥੇ ਦਸਮ ਦੇ ਖਿਲਾਫ਼ ਕਿਉਂ ਨੇ ਅਸਲ ਦੇ ਵਿੱਚ ਉਹੀ ਗੱਲ ਹੈ ਵੀ ਔਰਤਾਂ ਨੂੰ ਬਰਾਬਰ ਮਿਲਦੀ ਨਹੀਂ ਦਸਮ ਗ੍ਰੰਥ ਖੁੱਲ੍ਹ ਕੇ ਨਹੀਂ ਮਿਲਦਾ ਆਦਮ ਨਹੀਂ ਮੰਨਦਾ ਉਹਨਾਂ ਨੂੰ ਇਹ ਸੂਲ ਹੁੰਦਾ ਵੀ ਜੇ ਕਿਤੇ ਉਹ ਗੱਲ ਹੋ ਗਈ ਸਾਡਾ ਹੁਣ ਦਾ ਪ੍ਰਚਾਰ ਕੀਤਾ ਸਾਰਾ ਖੂਜ ਪੈ ਜੂਗਾ ਸਾਨੂੰ ਕਿਸੇ ਨੇ ਮੇਰਾ ਮੱਟੇ ਨਹੀਂ ਛੱਡ ਲੋ ਇਹ ਹੁਣ ਦੇ ਵਿਦਵਾਨਾਂ ਨੂੰ ਖਤਰਾ ਇਹਦਾ ਖਤਰਾ ਹੈ ਉਹ ਫਿਰ ਇਹਦਾ ਖਤਰਾ ਹੋਊਗਾ ਜੀ ਤੁਹਾਨੂੰ ਧੇਲੇ ਦੀ ਅਕਲ ਨਹੀਂ ਤੁਹਾਡੀ ਇੱਜ਼ਤ ਜਿਹਨੂੰ ਅਕਲ ਨਹੀਂ ਹੈ ਬੇਅਕਲ ਦੀ ਇੱਜ਼ਤ ਨਹੀਂ ਰਹਿੰਦੀ ਹੁੰਦੀ ਕਦੇ ਵੀ ਬੇਅਕਲੀ ਦਾ ਤੁਹਾਡਾ ਯਾਰ ਹੋ ਜਾਣੀ ਹੈ ਪਤਾ ਲੱਗ ਜਾਣਾ ਕਿੰਨੀ ਕੁ ਤੁਹਾਨੂੰ ਅਕਲ ਹੈ ਕਿੱਡਾ ਗਿਆਨ ਹੈ ਗੁਰਮਤਿ ਕਿੰਨੀ ਕੁ ਸਮਝਿਆ ਹੁਣ ਤਾਂ ਕੋਰਟ 'ਚ ਕੇਸ ਗਿਆ ਹੈ ਇਹਦੇ ਖਿਲਾਫ਼ ਹੁਣ ਤਾਂ ਪਤਾ ਲੱਗੇ ਜਾਊਗਾ ਉੱਥੇ ਤੈਨੂੰ ਕਿੰਨਾ ਗਿਆਨ ਹੈ ਗਿਆਨ ਦੱਸਣ ਵਾਲੇ ਵੀ ਆ ਜਾਣਗੇ ਸਾਹਮਣੇ ਦੱਸਿਆ ਹੀ ਹੋਇਆ ਵਿਆਖਿਆ ਜੋ ਤਾਂ ਕੀਤੀ ਹੈ ਤੇਰੇ ਅਖਬਾਰ ਦੀ ਪਈ ਹੈ ਜਿਹੜੀ ਅਸੀਂ ਕੀਤੀ ਇਹ ਵੀ ਪਈ ਹੈ ਇੱਥੋਂ ਜੱਜ ਦੇਖ ਲਓ ਉਹਨਾਂ ਦੋਹਾਂ ਦੀ ਵਿਆਖਿਆ 'ਚ ਕੀ ਫਰਕ ਹੈ ਕਿਹੜੀ ਠੀਕ ਹੈ ਤੂੰ ਸਾਬਤ ਕਰ ਇਹ ਗਲਤ ਹੈ ਵੀ ਤੇਰੇ ਵਾਲੀ ਗਲਤ ਤੇਰੇ ਵਾਲੀ ਤਾਂ ਗਲਤ ਸਾਬਤ ਹੋਊਗੀ ਤੂੰ ਇਹਨੂੰ ਸਾਬਤ ਕਰ ਹੁਣ ਗਲਤ ਹੈ ਅਤੇ ਜੇ ਉਹਨੇ ਲਿਖ ਦਿੱਤਾ ਇਹਨੂੰ ਗੁਰਮਤਿ ਦਾ ਬਿਲਕੁਲ ਗਿਆਨ ਨਹੀਂ ਫਿਰ ਕਿੱਥੇ ਜਾਊ ਦੱਸਦਾ ਜਾਊ ਜੇਲ੍ਹ 'ਚ ਜੇਲ੍ਹ ਤੋਂ ਬਿਨਾਂ ਕੋਈ ਜਗ੍ਹਾ ਨਹੀਂ ਹੈ ਫਿਰ ਸਬੂਤ ਤਾਂ ਸਾਹਮਣੇ ਹੁਣ ਤੂੰ ਕਹਿੰਦਾ ਗੁਰਮਤਿ ਨਹੀਂ ਮੇਰੇ ਕੋਲ ਰੌਲਾ ਪਾਉਣਾ ਸਾਬਤ ਨਹੀਂ ਹੁੰਦਾ ਸਾਬਤ ਕਰ ਗੁਰਮਤਿ ਤੇਰੇ ਕੋਲ ਸਾਬਤ ਕਰਤਾ ਤੇਰੀ ਅਟੈਂਸ਼ਨ ਕੀ ਹੈ ਤੂੰ ਕੀ ਕਰ ਰਿਹਾ ਅੰਦਰੋਂ ਤੇਰੀ ਨੀਅਤ ਕੀ ਹੈ ਨੀਅਤ ਤਾਂ ਖੋਟ ਹੈ ਸਾਬ ਜ਼ਹਿਰ ਹੈ ਤੂੰ ਕਹਿੰਦਾ ਮੈਂ ਸੇਵਾ ਕਰ ਰਿਹਾ ਇੱਦਾਂ ਹੀ ਕਰਦਾ ਨਾ ਸ੍ਰੀ ਚੰਦ ਵੀ ਸ੍ਰੀ ਚੰਦ ਨਹੀਂ ਉਹ ਨਹੀਂ ਸੀ ਸ੍ਰੀ ਚੰਦ ਕੋਲ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਨਿਰਮਲ ਕੋਲ ਹੈ ਨਹੀਂ ਸੀ ਉਹਨਾਂ ਕੋਲ ਵੀ ਸੀ ਕੀਤਾ ਕੀ ਕੀਤਾ ਖੋਟ ਤੇ ਤੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਖੋਟ ਉਹ ਖੋਟ ਵਾਲੇ ਬਹੁਤੇ ਸੀਗੇ ਸਾਰੇ ਡੇਰਿਆਂ ਦੇ ਸੰਤਾਂ ਕੋਲ ਗੁਰੂ ਗ੍ਰੰਥ ਸਾਹਿਬ ਸੀ ਪਏ ਘੋੜੀ ਕੀ ਘੋੜੀ ਖੋਟ ਅੱਜ ਉਹੀ ਖੋਟ ਹੈ ਸਾਡੇ ਕੋਲ ਸਾਰੀ ਉਹ ਖੋਟ ਕਿੱਥੋਂ ਆਈ ਹੈ ਉੱਥੋਂ ਹੀ ਆਈ ਹੋਈ ਹੈ ਜੇ ਸਾਰੇ ਇਮਾਨਦਾਰੀ ਨਾਲ ਪ੍ਰਚਾਰ ਕਰਦੇ ਆ ਖੋਟ ਕਾਤੇ ਹੁੰਦੀ ਸਾਡੇ ਕੋਲ ਸਾਰਿਆਂ ਨੇ ਖੋਟ ਘੋਲੀ ਹੈ ਇਕੱਠੇ ਹੋ ਕੇ ਕਿਸੇ ਹਿੰਦੂ ਮਤ ਦੇ ਖਿਲਾਫ਼ ਸੀ ਉਹ ਹਿੰਦੂ ਸੀ ਥੋੜ੍ਹੀ ਖੋਟ ਰਲਾ ਕੇ ਖੋਟ ਹੋ ਗਈ ਸਾਡੇ ਕੋਲ ਖੋਟ ਦੇ ਭੰਡਾਰ ਭਰੇ ਪਏ ਨੇ ਨਾਮ ਨੂੰ ਨਾਮ ਦੀ ਜਗ੍ਹਾ ਖੋਟ ਦੇ ਭੰਡਾਰ ਭਰ ਗਏ ਜੇ ਤੇ ਨਾਮ ਦੇ ਨਾ ਭੰਡਾਰ ਸੀ ਤੇ ਖੋਟ ਦੇ ਦੇ ਖੋਟ ਦਾ ਹੀ ਪ੍ਰਚਾਰ ਹੋ ਰਿਹਾ ਇਸ ਕਰਕੇ ਕੋਈ ਅਰਦਾਸ ਨਹੀਂ ਕਬੂਲ ਹੋ ਰਹੀ ਖੋਟੇ ਸਿੱਟੀਆਂ ਨੇ ਬਾਰ ਬਾਰ ਖੋਟੀਆਂ ਅਰਦਾਸਾਂ ਬਾਹਰ ਸਿੱਟੀ ਜਾਂਦਾ ਉਹ ਚੱਕ ਚੱਕ ਕੇ ਸੁਣਦਾ ਹੀ ਨਹੀਂ ਕਿਸੇ ਦੀ ਹਾਂਜੀ ਸ਼ਕਤੀ ਸਨੇਹ ਕਰ ਸੁਨੰਤ ਕਰੀਏ ਸੁਨੰਤ ਕਰਦੇ ਹਾਂ ਸ਼ਕਤੀ ਸਨੇਹ ਕਰਕੇ ਔਰਤ ਦੀ ਸਨੇਹ ਕਰਕੇ ਮੈਂ ਨਾ ਬਦੂੰਗਾ ਭਾਈ ਹੋਏ ਕਰਕੇ ਮੈਂ ਨਾ ਬਦੂੰਗਾ ਭਾਈ ਮੈਨੂੰ ਮੈਂ ਇਹ ਗੱਲ ਨਹੀਂ ਮੰਨਦਾ ਇਹ ਗੱਲ ਮੈਨੂੰ ਮਨਜ਼ੂਰ ਨਹੀਂ ਹੈ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਵੀ ਸ਼ਕਤੀ ਦੇ ਅਧੀਨ ਹੋ ਕੇ ਮੈਂ ਕੋਈ ਧਰਮ ਐਸਾ ਧਰਮ ਅਡੋਪਟ ਕਰ ਲਾਂ ਜਿਹਦੇ 'ਚ ਔਰਤ ਖੁਸ਼ ਹੋਵੇ ਸਿਰਫ ਸਮਝੇ ਜੀ ਸਿਰਫ ਔਰਤ ਨੂੰ ਖੁਸ਼ ਕਰਨ ਖਾਤਰ ਕੋਈ ਐਸਾ ਮਤਲਬ ਹੈ ਮੈਂ ਕੰਮ ਕਰ ਲਾਂ ਪਰਮੇਸ਼ਰ ਦਾ ਜਿਹਦੇ 'ਚ ਕੋਈ ਲਿੰਕ ਨਾ ਹੋਵੇ ਪਰਮੇਸ਼ਰ ਦਾ ਕੋਈ ਲਿੰਕ ਨਾ ਹੋਵੇ ਐਸਾ ਤੁਸੀਂ ਮੈਨੂੰ ਕੰਮ ਕਹਿੰਦੇ ਹੋ ਕਰਨ ਨੂੰ ਉਹ ਨਹੀਂ ਮੈਂ ਕਰਦਾ ਪਰਮੇਸ਼ਰ ਦਾ ਹੋਏ 'ਚ ਕੀ ਲਿੰਕ ਹੈ ਪਰਮੇਸ਼ਰ ਨੂੰ ਕੀ ਇਹਦੇ 'ਚ ਨੁਕਸਾਨ ਹੈ ਆ ਕੀ ਉਹ ਕਿਹੜੀ ਗੱਲ ਤੋਂ ਖੁਸ਼ ਹੈ ਸ਼ਕਤ ਸਨੇਹ ਹੈ ਤਾਂ ਸ਼ਕਤੀ ਸਨੇਹ ਹਾਂ
ਮੈਨੂੰ ਹੀ ਕੱਟ ਜਾਏ ਮੈਨੂੰ ਤੁਰ ਕਰਨਾ ਚਾਹੂ ਪਰਮੇਸ਼ਰ ਖੁਦਾ ਤਾਂ ਮੇਰੀ ਆਪੇ ਸੁਨਤ ਹੋਜੂ ਜਮਦੇ ਦੀ ਬੱਚਿਆਂ ਦੀ ਸੁਨਤ ਹੋਣ ਲੱਗ ਜਾਵੇ ਇਹੋ ਜਿਹੇ ਜਮਦੇ ਤੇ ਜਮਦੇ ਕਿਉਂ ਦੂਏ ਜੇ ਖੁਦਾ ਦਾ ਹੀ ਹੁਕਮ ਹੁੰਦਾ ਹੈ ਉਹਦੀ ਇੱਛਾ ਹੁੰਦੀ ਤੇ ਜਮਦੇ ਹੀ ਉਹ ਜੇ ਉਹਦੇ ਹੁਕਮ ਨਾਲ ਤਾਂ ਸਾਰੇ ਜਨਮ ਹੋ ਰਹੇ ਨੇ ਪਹਿਲਾਂ ਹੀ ਕਰਕੇ ਭੇਜਦਾ ਉਹਦਾ ਹੀ ਰੋਲ ਹੁੰਦਾ ਉਹ ਪਹਿਲਾਂ ਹੀ ਕਰਕੇ ਭੇਜਦਾ ਔਰਤ ਕਰਕੇ ਕਰਦੇ ਨੇ ਜੀ ਆਹ ਸਖਤੀ ਸਦੇਹ ਕਰ ਸੁਨਤ ਕਰੀਏ ਮੈਂ ਨਾ ਬਦੂੰਗਾ ਭਾਈ ਜੋਰੇ ਖੁਦਾਏ ਬੋਹੇ ਤੁਰਕ ਕਰੇਗਾ ਆਪਣੇ ਹੀ ਕੱਟ ਜਾਈ ਆਹ ਸੁਨਤ ਤਾਂ ਆਪੇ ਹੋਜੂ ਮੇਰੀ ਆਪੇ ਹੋ ਜਾਣੀ ਚਾਹੀਦੀ ਸੁਨਤ ਕੀ ਹੈ ਜੇ ਖੁਦਾ ਤੇ ਬਸ ਵਿੱਚ ਸਭ ਕੁਛ ਜੇ ਖੁਦਾ ਖੁਸ਼ ਹੈ ਤਾਂ ਆਪੇ ਕੱਟ ਆਪੇ ਸੁਨਤ ਹੋ ਜਾਂਦੀ ਜੇ ਉਹ ਕਰ ਦੂਗਾ ਮੈਨੂੰ ਕੋਈ ਤਰ੍ਹਾਂ ਜੇ ਆਦਮੀ ਕਰੂ ਮੈਨੂੰ ਤਰ੍ਹਾਂ ਕਿ ਉਹਨੇ ਜਿਵੇਂ ਭੇਜਿਆ ਉਹ ਉਵੇਂ ਖੁਸ਼ ਹੈ ਮੈਂ ਉਹਨੂੰ ਰਾਜ ਨਹੀਂ ਕਰਨਾ ਜਿਵੇਂ ਉਹਨੇ ਭੇਜਿਆ ਉਹ ਇਹ ਚੀਜ਼ ਖੁਸ਼ ਹੈ ਤੁਸੀਂ ਆਪਣਾ ਦਖਲ ਕਰਕੇ ਆਪਣੀ ਮੋਹਰ ਲਾਉਂਦੇ ਹੋ ਅਤੇ ਆਪਣਾ ਧੜਾ ਬਣਾਉਂਦੇ ਹੋ ਉਹ ਕੰਨ ਪਾੜਦੇ ਤੇ ਤੁਸੀਂ ਸੁਨਤ ਕਰਨ ਲੱਗੇ ਉਹ ਕੰਨ ਪਾੜ ਕੇ ਮੋਹਰੇ ਲਾਈ ਸੀ ਆਪਣੀ ਉਹਨਾਂ ਨੇ ਜੋਗੀਆਂ ਨੇ ਉਹ ਗੱਲ ਕੀ ਹੈ ਕੰਨ ਪਾੜ ਕੇ ਆਪਣੀ ਮੋਹਰ ਲਾਈ ਸੀ ਤੁਸੀਂ ਸੁਨਤ ਕਰਕੇ ਆਪਣੀ ਮੋਹਰ ਲਾਉਂਦੇ ਹੋ ਸਾਡੇ ਧੜੇ ਦਾ ਬੰਦਾ ਇਹ ਤਾਂ ਧੜੇ ਦੀ ਗੱਲ ਹੈ ਸਿਰਫ ਆਹ ਕਹਿ ਰਿਹਾ ਉਹ ਹਾਂਜੀ ਸੁਨਤ ਕੀ ਹੈ ਜੇ ਤੁਰਕ ਹੋਏਗਾ ਔਰਤ ਕਾ ਕਿਆ ਕਰੀਏ ਚਲੋ ਤੁਰਕ ਆਦਮੀ ਦਾ ਹੋ ਗਿਆ ਤੁਰਕ ਸੁਨਤ ਕਰੀ ਤੇ ਔਰਤ ਕਿਵੇਂ ਹੋਊ ਤੁਰਕ ਨਹੀਂ ਇਹਦੇ ਖਾਤਰ ਤੁਸੀਂ ਫੇਰ ਹੀ ਦੱਸਿਆ ਹੋਇਆ ਕੁਛ ਅਸਲ ਚ ਔਰਤ ਦਾ ਕੋਈ ਧਰਮ ਹੁੰਦਾ ਹੀ ਨਹੀਂ ਕਰਦੇ ਹੀ ਨਾ ਕੁਛ ਵੀ ਉਹ ਤੇ ਜਿਹੜੇ ਉਹ ਆਦਮੀ ਤੇ ਪੈਂਦਾ ਔਰਤ ਦਾ ਨਹੀਂ ਪੈਂਦਾ ਕੁਛ ਵੀ ਇਵੇਂ ਅੰਮ੍ਰਿਤ ਵੀ ਸਿੱਖਾਂ ਨੂੰ ਖਾਲਸੇ ਨੂੰ ਸ਼ਿਕਾਇਆ ਸੀ ਔਰਤਾਂ ਨੂੰ ਨਹੀਂ ਸ਼ਿਕਾਇਆ 1920 ਦੇ ਵਿੱਚ ਨਾਮਧਾਰੀਆਂ ਨੇ ਸ਼ਿਕਾਇਆ ਪਹਿਲੀ ਵਾਰ ਔਰਤ ਦਾ ਕੋਈ ਧਰਮ ਹੁੰਦਾ ਹੀ ਨਹੀਂ ਨਾ ਇਹਦਾ ਜਾਤ ਨਾ ਗੋਤ ਨਾ ਧਰਮ ਦਾ ਮੰਨਿਆ ਹੋਇਆ ਨਹੀਂ ਹੈ ਪਹਿਲਾਂ ਤੇ ਗੇਰਾ ਧਰਮ ਮੰਨੀ ਫਿਰ ਤਾਂ ਦੋ ਧਰਮ ਹੋ ਗਏ ਜਿਹੜਾ ਬੱਚਾ ਪੈਦਾ ਹੋਇਆ ਦੋ ਹੋ ਗਏ ਇੱਥੋਂ ਹਿੰਦੁਸਤਾਨ ਚੋਂ ਬਹੁਤ ਸਾਰੀਆਂ ਲੜਕੀਆਂ ਲੈ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਨੇ ਕੁਛ ਨਹੀਂ ਸੀ ਕਰਦੇ ਉਹ ਜਿਹੜੇ ਬੱਚੇ ਪੈਦਾ ਹੁੰਦੇ ਤੇ ਮੁਸਲਮਾਨ ਹੁੰਦੇ ਸੀ ਸਾਰੇ ਕਿਉਂਕਿ ਮੁਸਲਮਾਨ ਹਿੰਦੂ ਮੁਸਲਮਾਨ ਦੀ ਬਰੀਡ ਕਿਉਂ ਨਹੀਂ ਸੀ ਹੁੰਦੀ ਔਰਤ ਦਾ ਕੋਈ ਧਰਮ ਨਹੀਂ ਮੰਨਿਆ ਨਾ ਇਹਦੀ ਜਾਤ ਨਾ ਗੋਤ ਗੋਤ ਵੀ ਬਾਪ ਦਾ ਰਹਿੰਦਾ ਆਦਮੀ ਦਾ ਰਹਿੰਦਾ ਜਾਤ ਵੀ ਆਦਮੀ ਦੀ ਰਹਿੰਦੀ ਹੈ ਹੋਰ ਜਾਤਾਂ ਦੇ ਵਿਆਹ ਕਰਾਏ ਹੋਏ ਸੀ ਅੱਗੇ ਪੂਰਬ ਤੋਂ ਲਿਆ ਕੇ ਲੋਕ ਇੱਥੇ ਔਰਤਾਂ ਰੱਖਦੇ ਰਹੇ ਨੇ ਵੱਜਦੇ ਕੀ ਸੀ ਵੱਜਦੇ ਉਹੀ ਗੱਲ ਜੱਟ ਮਾਂ ਜਾ ਕੋਈ ਹੋਵੇ ਇਹ ਸ਼ੁਰੂ ਤੋਂ ਹੀ ਨਿਯਮ ਜੇ ਉਹ ਗੋਦ ਦੋ ਰੱਖ ਲੈਣਗੇ ਮਾਂ ਦਾ ਇੱਕ ਦੇ ਗਾਹਾਂ ਫਿਰ ਚਾਰ ਹੋ ਜਾਣਗੇ ਗਾਹਾਂ ਦਸ ਹੋ ਜਾਣਗੇ ਤਾਂ ਹਜ਼ਾਰਾਂ ਹੀ ਹੋ ਜਾਣਗੇ ਗਾਹਾਂ ਵਧੀ ਜਾਣੇ ਨੇ ਫਿਰ ਇਸ ਸਿਸਟਮ ਦੇ ਵਿੱਚ ਕਿੱਥੇ ਜਾ ਕੇ ਫਸਣਗੇ ਨਾ ਵਿਦਵਾਨ ਇਹ ਇਹਨਾਂ ਨੂੰ ਉਹਦਾ ਗਿਆਨ ਨਹੀਂ ਹੈ ਇਹਨਾਂ ਨੂੰ ਬਹੁਤ ਨੇੜੇ ਹੀ ਦੀਦਾ ਹੁੰਦਾ ਬਹੁਤਾ ਜਦ ਫਸ ਜਾਂਦਾ ਨੇ ਫਿਰ ਪਤਾ ਲੱਗਦਾ ਵਿਦਵਾਨਾਂ ਨੂੰ ਅਸੀਂ ਤਾਂ ਫਸ ਗਏ ਉਲਟੇ ਰਾਹ ਆ ਗਏ ਅਗਰ ਉਗਲ ਤਾਂ ਇਹਨਾਂ ਨੂੰ ਹੁੰਦੀ ਨਹੀਂ ਅਗਲਾ ਦਾ ਕੋਈ ਕੰਮ ਹੀ ਨਹੀਂ ਨਾ ਉਹ ਹੈ ਗੋਦ ਰੱਖਿਆ ਜਾਂਦਾ ਹਾਂਜੀ ਸੁਨਤ ਕੀ ਹੈ ਜੇ ਤੁਰਕ ਹੋਏਗਾ ਔਰਤ ਕਾ ਕਿਆ ਕਰੀਏ ਅਰਧ ਸਰੀਰ ਹੀ ਨਾਰ ਨਾ ਛੋਡੇ ਤਾਂ ਤੇ ਹਿੰਦੂ ਹੀ ਰਹੀਏ ਅਰਧ ਸਰੀਰ ਦੀ ਨਾਰ ਹੈ ਅਰਧ ਸਰੀਰ ਦੀ ਨਾਰ ਦਾ ਮਤਲਬ ਹੈ ਇਹਦਾ ਸਰੀਰ ਹੈ ਜੋ ਪੂਰਾ ਕੰਪਲੀਟ ਨਹੀਂ ਹੈ ਅਰਧ ਸਰੀਰ ਦੀ ਹੈ ਇਨਕੰਪਲੀਟ ਮੈਨ ਹੈ ਇਹਦੇ ਦੁਆਰੇ ਜੋ ਦਸ ਨਹੀਂ ਹੈ ਸਰੀਰ ਦੇ ਇਹਦੇ 12 ਦੁਆਰੇ ਨੇ ਅਗਲੇ ਜਨਮ ਚ ਆਦਮੀ ਦੇ ਜਨਮ ਚ ਇਹਦੇ 10 ਰਹਿ ਜਾਣੇ ਦੁਆਰੇ 10 ਦੁਆਰਿਆਂ ਦੇ ਬਾਅਦ ਮੁਕਤੀ ਮਿਲਦੀ ਹੈ ਦਸ ਦੁਆਰੇ ਵਾਲਾ ਜਿਹੜਾ ਹੈਗਾ ਉਹਦੇ ਕੋਲ ਮਾਰਨ ਦੀ ਸ਼ਕਤੀ ਹੈ 12 ਦੁਆਰੇ ਇਹਦੇ ਨੇ ਇਹਦੇ ਕੋਲ ਜੋੜਨ ਦੀ ਸ਼ਕਤੀ ਹੈ
ਇਹਦੇ ਅੰਦਰ ਦੁੱਧ ਪੈਦਾ ਜਿਹੜਾ ਹੁੰਦਾ ਉਹ ਸਰੀਰ ਦੀ ਖੁਰਾਕ ਹੈ, ਦੁੱਧ ਇਹਦੇ ਅੰਦਰ ਪੈਦਾ ਹੁੰਦਾ ਨਾ, ਔਰਤ ਦੇ ਅੰਦਰ ਦੁੱਧ ਨਹੀਂ ਪੈਦਾ ਹੁੰਦਾ, ਫਿਰ ਉਹ ਤਾਂ ਮਾਇਆ ਦਾ ਦੁੱਧ ਪੈਦਾ ਹੁੰਦਾ ਇਹਦੇ ਅੰਦਰ, ਬਾਹਰਲੇ ਸਰੀਰ ਦੀ ਖੁਰਾਕ ਹੈ। ਆਦਮੀ ਜਿਹੜਾ ਦੁੱਧ ਬਣਾਉਂਦਾ ਆ ਗੁਰਬਾਣੀ, ਉਹ ਅੰਦਰਲੇ ਸਰੀਰ ਦੀ ਖੁਰਾਕ ਹੈ। ਆਦਮੀ ਦਾ ਪੈਦਾ ਕੀਤਾ ਹੋਇਆ ਦੁੱਧ ਮਾਰਨ ਵਾਲਾ, ਇਹਦਾ ਦੁੱਧ ਪੈਦਾ ਕੀਤਾ ਹੋਇਆ ਜੀਵਨ ਦੇਣ ਵਾਲਾ, ਦੋਹਾਂ ਦੇ ਪਾਰ ਅੱਡ ਅੱਡ ਨੇ। ਬੁੱਧੀਹੀਨਾਂ ਨੂੰ ਇਹ ਗੱਲ ਸਮਝ ਚ ਹੌਲੀ ਹੌਲੀ ਆਉਂਦੀ ਹੈ, ਵਿਦਵਾਨਾਂ ਨੂੰ ਹੌਲੀ ਹੌਲੀ ਗੱਲ ਸਮਝ ਚ ਆਉਂਦੀ ਹੈ। ਇਹਦੇ ਅੰਦਰ ਦੁੱਧ ਹੈ, ਇਹ ਤਾਂ ਕਰਕੇ ਇਨਕੰਪਲੀਟ ਹੈ। ਆਦਮੀ ਦੇ ਦੁੱਧ ਬੰਦ ਹੋ ਜਾਂਦਾ, ਉਹ ਦੁੱਧ ਬੰਦ ਹੋਏ ਤੇ, ਮਾਇਆ ਵਾਲਾ ਦੁੱਧ ਬੰਦ ਹੋਏ ਤੇ ਹੀ ਦੂਆ ਦੁੱਧ ਪੈਦਾ ਹੋ ਸਕਦਾ, ਦੋਵੇਂ ਦੁੱਧ ਇੱਕ ਜਗ੍ਹਾ ਤੇ ਪੈਦਾ ਨਹੀਂ ਹੁੰਦੇ। ਇਹਦੇ ਅੰਦਰ ਦੁੱਧ ਹੈ, ਉਹ ਦੂਆ ਦੁੱਧ ਹੈ ਤਾਂ, ਜਿਹਦੇ ਅੰਦਰ ਇਹ ਦੁੱਧ ਪੈਦਾ ਹੁੰਦਾ ਉਹਦੇ ਅੰਦਰ ਦੂਆ ਨਹੀਂ ਪੈਦਾ ਹੋ ਸਕਦਾ, ਜਿਹਦੇ ਅੰਦਰ ਉਹ ਪੈਦਾ ਹੁੰਦਾ ਉਹਦੇ ਅੰਦਰ ਇਹ ਨਹੀਂ ਪੈਦਾ ਹੋ ਸਕਦਾ, ਦੋਵੇਂ ਦੁੱਧ ਵੱਖਰੇ ਹੋਏ। ਉਹ ਨਿਰਾਕਾਰੀ ਦੁਨੀਆਂ ਦਾ ਦੁੱਧ ਹੈ, ਇਹ ਸੰਸਾਰੀ ਦੁਨੀਆਂ ਦਾ ਦੁੱਧ, ਇਸ ਕਰਕੇ ਸੰਸਾਰ ਨਾਲ ਜੁੜੀ ਹੋਈ ਹੈ। ਸੰਸਾਰ ਪੈਦਾ ਕੀਤਾ ਇਹਨੇ, ਸੰਸਾਰ ਪੈਦਾ ਕੀਤਾ ਇਹਨੇ, ਔਰਤ ਸੰਸਾਰ ਪੈਦਾ ਕਰਦੀ ਹੈ, ਸੰਸਾਰੀ ਜਨਮ ਦਿੰਦੀ ਹੈ, ਆਦਮੀ ਨਿਰਾਕਾਰੀ ਜਨਮ ਦਿੰਦਾ, ਉਹ ਨਿਰਾਕਾਰੀ ਜਨਮ ਦਿੰਦਾ। ਇਸ ਕਰਕੇ ਗੁਰੂ ਜਿਹੜਾ ਸ਼ਬਦ ਹੈ ਪਲਿੰਗ, ਇਸ ਲਿੰਗ ਹੁੰਦਾ ਹੀ ਨਹੀਂ। ਖਾਲਸਾ ਜਿਹੜਾ ਸ਼ਬਦ ਹੈ ਪਲਿੰਗ, ਸੰਤ ਜਿਹੜਾ ਸ਼ਬਦ ਹੈ ਪਲਿੰਗ, ਗੁਰਮੁਖੀ ਜਿਹੜਾ ਸ਼ਬਦ ਹੈ ਪਲਿੰਗ, ਸਾਧ ਜਿਹੜਾ ਸ਼ਬਦ ਹੈ ਪਲਿੰਗ, ਸਾਧ ਨਹੀਂ ਲਫਜ਼ ਨਹੀਂ ਆਇਆ ਗੁਰਬਾਣੀ 'ਚ, ਸੰਤ ਨਹੀਂ ਲਫਜ਼ ਨਹੀਂ ਆਇਆ ਹੋਇਆ ਗੁਰਬਾਣੀ 'ਚ, ਇਹ ਸਾਰੇ ਪਲਿੰਗ ਨੇ। ਧਰਮ ਦੀ ਦੁਨੀਆ ਪਲਿੰਗ ਨਾਲ ਸੰਬੰਧਿਤ ਹੈ, ਕਰਤਾ ਪੁਰਖ ਆਇਆ ਹੋਇਆ। ਸ਼ਾੜਕ ਦੇਵ ਰਾਮ ਭਜ ਬੋਰੇ, ਜ਼ੁਲਮ ਕਰਤ ਹੈ ਭਾਰੀ, ਕਬੀਰੇ ਪਗਰੀ ਤੇਗ ਰਾਮ ਕੇ, ਤੁਰਕ ਰਹੇ ਪਚਿਹਾਰੀ ਪਚਿਹਾਰੀ। ਸ਼ਾੜਕ ਦੇਵ ਰਾਮ ਭਜ ਬੋਰੇ, ਓਏ ਕਦੇਵ ਛੱਡਦੇ ਕਮਲਿਆ, ਇਹ ਜਿਹੜਾ ਗਿਆਨ ਹੈ ਤੇਰਾ ਇਹਨੂੰ ਕਰ, ਰਾਮ ਭਜ ਬੋਰੇ ਆਰਾਮ ਨਾਲ ਜੁੜ ਜਾ ਆਪਣੇ ਅੰਦਰ, ਤੇਰੇ ਅੰਦਰ ਵੀ ਰਾਮ ਹੈ ਨਾ, ਉਹਨੂੰ ਅੱਲਾ ਕਹਿ ਲੈ ਜਾ, ਤੂੰ ਕੁਛ ਕਹਿ ਲੈ, ਇਹਦੇ ਨਾਲ ਜੁੜ ਜਾ ਆਪਣੇ ਅੰਦਰ, ਆਤਮਾ ਨਾਲ ਜੁੜ ਜਾ, ਨਾ ਜੋ ਮਰਜ਼ੀ ਰੱਖ ਲੈ, ਤੈਨੂੰ ਰਾਮ ਤੇਰਾ ਜੀ ਅੱਲਾ ਕਹਿ ਲੈ, ਇਹਨੂੰ ਖੁਦਾ ਕਹਿ ਲੈ, ਕੁਛ ਕਹਿ ਲੈ। ਜ਼ੁਲਮ ਕਰਦਾ ਹੈ ਭਾਰੀ, ਕਿਉਂ ਭਾਰੀ ਜ਼ੁਲਮ ਕਰਦਾ ਰਾਮ ਵਾਲਿਆਂ ਤੇ, ਰਾਮ ਕਹਿਣ ਵਾਲਿਆਂ ਤੇ ਜ਼ੁਲਮ ਨਾ ਕਰ, ਤੂੰ ਸਗੋਂ ਰਾਮ ਨਾਲ ਆਪ ਜੁੜ। ਕਬੀਰ ਪਗੜੀ ਟੇਕ ਰਾਮ ਕੇ, ਤੁਰਕ ਰਹੇ ਪਚਹਾਰੀ। ਕਬੀਰ ਨੇ ਤਾਂ ਰਾਮ ਦਾ ਆਸਰਾ ਫੜ ਲਿਆ, ਅੰਤਰਾਤਮਾ ਦਾ ਆਸਰਾ ਫੜ ਲਿਆ, ਤੁਰਕ ਜਿਹੜੇ ਨੇ ਪਚਦੇ ਨੇ, ਸੜਦੇ ਨੇ, ਸੜਦੇ ਨੇ ਔਰ ਮਰਦੇ ਨੇ, ਪਚ ਗਏ ਹਾਰ ਗਏ, ਮੈਨੂੰ ਹਾਥੀ ਮੂਹਰੇ ਸਿੱਟ ਕੇ ਵੀ ਹਾਰ ਗਏ, ਅਖੀਰ ਮੈਂ ਰਾਮ ਨਹੀਂ ਛੱਡਿਆ, ਅਤੇ ਇਹ ਹੁਣ ਸੜਦੇ ਨੇ ਮੈਨੂੰ ਦੇਖ ਕੇ, ਤੁਸੀਂ ਆਪ ਫੜ ਲਓ ਰਾਮ ਦੀ ਦੇਖ ਜੇ ਬਚਣਾ, ਨਹੀਂ ਜਿਵੇਂ ਸਾਰੇ ਮਰ ਗਏ ਤੁਸੀਂ ਵੀ ਮਰੀ ਜਾਓਗੇ, ਕਬਰਾਂ 'ਚ ਜਾਣਾ ਪਊਗਾ, ਨਹੀਂ ਤੁਰਕ ਬੂਹੇ ਪੱਚ ਹਾਰੀ ਹਾਰੀ।